Okay. Hello, so welcome back to my another vlog. So ਅੱਜ ਦੇ vlog ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ Uber ਕਿੱਦਾਂ work ਕਰਦੀ ਹੈ, ਕਿੱਦਾਂ help ਕਰਦੀ ਹੈ ਪੈਸੇ ਕਮਾਉਣ 'ਚ ਅਤੇ ਕਿੱਦਾਂ ਅੱਗੇ ਵਧਣ ਦੇ ਵਿੱਚ help ਕਰਦੀ ਹੈਗੀ ਹੈ। So ਅੱਜ ਦਾ ਦਿਨ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਨਵਾਂ ਮਿਲੂਗਾ। ਸੋ ਇੱਦਾਂ ਹੀ ਬਣੇ ਰਹੋ, ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਕਿਉਂਕਿ ਬਹੁਤ ਮਿਹਨਤਾਂ ਲੱਗਣਗੀਆਂ। ਸੋ ਵੇਟ ਕਰਦੇ ਹਾਂ ਆਰਡਰ ਆਉਣ ਦੀ, ਇੱਕ ਨਾ ਇੱਕ ਆਰਡਰ ਤਾਂ ਜ਼ਰੂਰ ਆਊਗਾ ਹੀ। ਸੋ ਦੇਖਦੇ ਕਿੰਨੇ ਟਾਈਮ ਬਾਅਦ ਆਉਂਦਾ ਹੈਗਾ, ਮੈਂ ਤਾਂ ਸਵੇਰੇ ਹੀ ਕੈਮਰਾ ਚੱਕ ਲਿਆ ਹੈਗਾ। ਸੋ ਵੇਟ ਕਰਦੇ ਹੈਗੇ ਹਾਂ। ਚਲੋ ਜੀ, ਅਜੇ ਬੈਠਾ ਹੀ ਸੀਗਾ ਸਫਾਈ ਸਫੂਈ ਕਰਕੇ ਅਤੇ ਆਰਡਰ ਵੱਜਿਆ ਅਤੇ ਪਿੱਕ ਕਰੀਏ, ਨਾ ਨਾ ਹੋਵੇ ਕੈਂਸਲ ਹੋ ਜਾਵੇ। ਚਲ ਜੀ, ਆਰਡਰ ਆ ਗਿਆ ਹੈਗਾ ਅਤੇ ਬਿਫਾਨਾ ਕਨਫਰਮ ਚੱਕ ਵੀ। ਸੋ ਫਸਟ ਆਰਡਰ ਆ ਗਿਆ ਹੈਗਾ ਆਪਣਾ ਊਬਰ ਦਾ। ਸੋ ਤੁਹਾਨੂੰ ਦੇਖਿਆ ਸੀ ਕਿੱਦਾਂ ਅਸੈਪਟ ਕੀਤਾ, ਰੈਡੀ ਟੂ ਪਿੱਕ ਕੀਤਾ ਹੈਗਾ, ਕਿਉਂਕਿ ਰੈਡੀ ਟੂ ਪਿੱਕ ਤਾਂ ਕਰਨਾ ਪੈਂਦਾ, ਤੁਹਾਡੀ ਸਿਕਿਓਰ ਹੋ ਜਾਂਦੀ ਹੈ ਮਨੀ, ਅਤੇ ਜਦੋਂ ਊਬਰ ਆਊਗੀ ਫਿਰ ਉਦੋਂ ਆਪ ਹੀ ਲੈ ਜੂਗਾ। ਸੋ ਰੈਡੀ ਟੂ ਪਿੱਕ ਕਰਤਾ। ਕਈ ਬੰਦੇ ਕਨਫਰਮ ਕਰਕੇ ਸੋ ਬਣਾਉਣਾ ਸ਼ੁਰੂ ਕਰ ਦਿੰਦੇ, ਉਦੋਂ ਉਹ ਕੈਂਸਲ ਕਰ ਦਿੰਦੇ ਹੈਗੇ ਆ। ਸੋ ਫਿਰ ਤੁਹਾਡਾ ਬਣਿਆ ਹੁੰਦਾ ਪ੍ਰੋਡਕਟ ਅਤੇ ਉਹ ਤੁਹਾਡੇ ਕਿਸੇ ਕੰਮ ਦਾ ਨਹੀਂ ਰਹਿੰਦਾ। ਸੋ ਇਸ ਕਰਕੇ ਤੁਸੀਂ ਰੈਡੀ ਟੂ ਪਿੱਕ ਕਰ ਦਿਉ, ਬਾਅਦ 'ਚੋਂ ਬਣਾਓ, ਕਿਉਂਕਿ ਉਨੇ ਚਿਰ ਉਹ ਲੱਭਦੇ ਹੈਗੇ ਆ ਕਿ ਕਿਹੜਾ ਬੰਦਾ ਭੇਜਣਾ ਹੈਗਾ, ਉਹਨੇ 'ਚ ਤੁਸੀਂ ਬਣਾ ਦੇਣਾ ਹੈਗਾ ਆਰਡਰ। ਸੋ ਕਿਉਂਕਿ ਵੇਟ ਵੀ ਕਰ ਸਕਦੇ ਹੈਗੇ ਤੁਸੀਂ ਇੱਥੇ ਆ ਕੇ, ਪਰ ਤੁਹਾਡੀ ਮਨੀ ਸਿਕਿਓਰ ਹੋ ਜਾਣੀ ਹੈ, ਤੁਹਾਡਾ ਫੂਡ ਸਿਕਿਓਰ ਹੋ ਜਾਣਾ ਰੈਡੀ ਟੂ ਪਿੱਕ ਕਰਕੇ। ਸੋ ਅੱਜ ਹੁਣ ਆਪਾਂ ਹੁਣ ਬਣਾਉਣਾ ਸ਼ੁਰੂ ਕਰਦੇ ਹਾਂ ਅਤੇ ਕਿੱਦਾਂ ਆਪਾਂ ਡਿਲੀਵਰ ਕਰਾਂਗੇ। ਸੋ ਇੱਦਾਂ ਹੀ ਬਣੇ ਰਹੋ ਮੇਰੇ ਨਾਲ। ਕਿਆ ਦੱਸਦੇ ਹੈਗੇ ਕਿ ਆਹ ਬੰਦਾ ਆ ਰਿਹਾ, ਅਰਾਈਵਿੰਗ ਹੋ ਰਹੀ ਹੈ, ਇਹ ਬੰਦਾ ਲੈਣ ਆਊਗਾ। ਸੋ ਆਪਾਂ ਵੇਟ ਕਰਨਾ ਸ਼ੁਰੂ ਕਰਦੇ ਹਾਂ ਅਤੇ ਇਸ ਤੋਂ ਬਾਅਦ ਤੁਸੀਂ ਬਣਾਉਣਾ ਸ਼ੁਰੂ ਕਰ ਦੇਣਾ ਹੈਗਾ। ਸੋ ਕਿਉਂਕਿ ਉਹ ਰਾਹ ਦੇ ਵਿੱਚ ਹੋਣਾ ਹੈ ਅਤੇ 10-15 ਮਿੰਟ ਤੱਕ ਤੁਹਾਡੇ ਕੋਲ ਪਹੁੰਚੂਗਾ। ਲਓ ਜੀ, ਗਲਵਸ ਪਾ ਲਈਏ ਆਪਾਂ, ਅਤੇ ਹਾਈਜੀਨ ਹੈਗਾ ਜ਼ਰੂਰੀ, ਕਿਉਂਕਿ ਹਾਈਜੀਨ ਬਗੈਰ ਕੁਛ ਵੀ ਬੰਦਾ ਆਪਣੇ ਨਾਲ ਬਣਾਉਣਾ ਚਾਹੀਦਾ ਹੈਗਾ। ਸੋ ਗਲਵਸ ਪਾ ਲਏ ਹੈਗੇ ਅਤੇ ਐਪਲ ਲੈ ਕੇ ਆਈਏ। ਸੋ ਐਪਲ ਆਪਾਂ ਪਾ ਲਿਆ ਹੈਗਾ। ਕੁਛ ਤਾਂ ਬਹੁਤ ਹਰੇ ਹੋ ਗਿਆ ਕਿ ਜਦ ਹਮ ਕਰਤੇ ਹੈ ਤਬ ਤੱਕ। ਚਲੋ ਐਪਰਨ ਆਪਾਂ ਪਾ ਲਿਆ ਹੈਗਾ। ਅੰਦਰ ਤਾਂ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਥੋੜ੍ਹੇ ਜਿਹੇ ਰੂਲਸ ਹੈਗੇ ਨੇ, ਅੰਦਰ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਕੋਈ ਸਿਕਿਉਰਟੀ ਰੀਜ਼ਨ ਨੇ। ਸੋ ਆਪਾਂ ਬਣਾ ਚੱਲੇ ਹਾਂ ਅਤੇ ਮਿਲਦੇ ਹਾਂ ਤੁਹਾਨੂੰ ਬਣਾਉਣ ਤੋਂ ਬਾਅਦ। ਸੋ ਦੇਖਿਆ ਤੁਸੀਂ ਕਿੱਦਾਂ ਆਪਾਂ ਊਬਰ ਦੀ ਡਿਲੀਵਰੀ ਕੀਤੀ ਹੈ। ਸੋ ਇੱਦਾਂ ਹੀ ਆਪਾਂ ਤੁਹਾਨੂੰ ਕੁਛ ਨਾ ਕੁਛ ਦਿਖਾਉਂਦੇ ਰਹਾਂਗੇ। ਸੋ ਹੋਪ ਕਰੋ ਤੁਹਾਨੂੰ ਅੱਜ ਦਾ ਵਲੋਗ ਪਸੰਦ ਆਇਆ ਹੋਣਾ ਹੈ ਅਤੇ ਤੁਹਾਨੂੰ ਥੋੜ੍ਹਾ ਮੋਟਾ ਪਤਾ ਲੱਗ ਗਿਆ ਹੋਣਾ ਕਿ ਊਬਰ ਕਿੱਦਾਂ 'ਚ ਵਰਕ ਕਰਦੀ ਹੈਗੀ ਹੈ ਰੈਸਟੋਰੈਂਟ 'ਚ ਬਿਜ਼ਨਸ ਦੇ ਵਿੱਚ। ਸੋ ਆਪਾਂ ਔਡਰ ਕਰਦੇ ਰਹਿੰਦੇ ਹਾਂ, ਇੱਦਾਂ ਔਡਰ ਆਉਂਦੇ ਹੈ ਅਤੇ ਇੱਦਾਂ ਆਪਾਂ ਨੂੰ ਬਣਾਉਣਾ ਹੁੰਦਾ, ਟਾਈਮ ਦਿੱਤਾ ਹੁੰਦਾ ਕਿ ਕਦੋਂ ਆ ਰਿਹਾ ਬੰਦਾ ਅਤੇ ਕਿੰਨੇ ਚਿਰ 'ਚ ਬਣਾਉਣਾ ਅਤੇ ਕਿੰਨੇ ਚਿਰ 'ਚ ਤੁਸੀਂ ਡਿਲੀਵਰ ਕਰਨਾ ਹੈਗਾ। ਸੋ ਪਰ ਸਭ ਤੋਂ ਮੇਨ ਜਿਹੜੀ ਗੱਲ ਆ ਉਹ ਹੈਗੀ ਰੈਡੀ ਟੂ ਪਿੱਕ, ਉਹ ਜ਼ਰੂਰ ਤੁਸੀਂ ਸਭ ਤੋਂ ਪਹਿਲਾਂ ਪ੍ਰੈਸ ਕਰ ਦੇਣਾ ਕਿਉਂਕਿ ਫਿਰ ਤੁਹਾਡੀ ਮਨੀ ਸਿਕਿਓਰ ਹੋ ਜਾਣੀ, ਨਹੀਂ ਤਾਂ ਜੇ ਕੈਂਸਲ ਹੋ ਗਿਆ ਫਿਰ ਤੁਹਾਡਾ ਬਣਿਆ ਬਣਾਇਆ ਫੂਡ ਕੈਂਸਲ ਹੋ ਸਕਦਾ ਹੈਗਾ। ਇਸ ਕਰਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਨੂੰ ਕੋਈ ਨਾ ਕੋਈ ਨੌਲੇਜ ਵਾਲੀਆਂ ਚੀਜ਼ਾਂ ਇੱਦਾਂ ਦਿਖਾਉਂਦਾ ਰਹੂੰਗਾ ਮੈਂ। ਸੋ ਅੱਜ ਦੇ ਲਈ ਦਿਓ ਮੈਨੂੰ ਇਜਾਜ਼ਤ ਤੁਸੀਂ, ਅਤੇ ਕਰੋ ਇੱਦਾਂ ਹੀ ਸਬਸਕ੍ਰਾਈਬ ਕਰਦੇ ਰਹੋ ਮੇਰਾ ਚੈਨਲ, ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਆਪਣੇ ਫਰੈਂਡਸ ਦੇ ਨਾਲ। ਇੱਦਾਂ ਹੀ ਪਿਆਰ ਬਣਾਈ ਰੱਖਣਾ ਤੁਸੀਂ ਆਪਣਾ, ਜਾ ਕੇ ਇੰਸਟਾਗ੍ਰਾਮ 'ਤੇ ਫੋਲੋ ਕਰੋ, ਕੁਐਸਚਨ ਕਰੋ। ਅਤੇ ਮੇਨ ਗੱਲ ਇਹ ਹੈ ਕਿ ਇੰਸਟਾਗ੍ਰਾਮ 'ਤੇ ਕਦੇ ਕਦੇ ਮੈਂ ਲਾਈਵ ਆ ਜਾਂਦਾ ਹੁੰਦਾ, ਸੋ ਇਸ ਕਰਕੇ ਇੰਸਟਾਗ੍ਰਾਮ 'ਤੇ ਜਾ ਕੇ ਤੁਸੀਂ ਮੈਨੂੰ ਫੋਲੋ ਕਰੋ ਅਤੇ ਕਦੇ ਨਾ ਕਦੇ ਟਾਈਮ ਕੱਢ ਕੇ ਮੈਂ ਲਾਈਵ ਆ ਜਾਂਦਾ ਹੁੰਦਾ ਹਫ਼ਤੇ 'ਚ ਇੱਕ ਅੱਧੇ ਵਾਰੀ। ਸੋ ਹੋਪ ਕਰਾਂ ਮਿਲਦੇ ਹਾਂ ਤੁਹਾਨੂੰ ਇੰਸਟਾਗ੍ਰਾਮ ਲਾਈਵ ਦੇ ਵਿੱਚ ਅਤੇ ਜਾ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਸੋ ਇੱਦਾਂ ਹੀ ਤੁਸੀਂ ਪਿਆਰ ਬਣਾਏ ਰੱਖਣਾ,
ਹੋਪ ਕਰਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ, ਅਤੇ ਮੈਨੂੰ ਦਿਓ ਇਜਾਜ਼ਤ, ਗੁੱਡ ਬਾਏ।